ਅਸਲਾਮ ਵਾਲੇਕੁਮ ਬੇਲੀਓ, ਕੀ ਹਾਲ ਚਾਲ? ਖੈਰ ਖਰੀਅਤ ਨਾਲ ਹੈਗੀ? ਉਮੀਦ ਕਰਾਂਗੇ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤੋ ਮੌਜੂਦ ਹੈਗੇ ਹਾਂ ਗੁਜਰਾਤ, ਗੁਜਰਾਤ ਦਾ ਪਿੰਡ ਹੈ ਜੀ ਖੋਜਾ, ਉਹਦੇ ਵਿੱਚ। ਅਤੇ ਇੱਥੇ ਬੇਸਿਕਲੀ ਅਸੀਂ ਆਏ ਸੀ ਇੱਕ ਬਰੀਡਰ ਦੀ ਵੀਡੀਓ ਕਰਨ ਵਾਸਤੇ, ਔਰ ਭਾਈ ਅਲੀ ਗੁਜਰ ਦੇ ਡੇਰੇ 'ਤੇ ਆਏ, ਔਰ ਇਹਨਾਂ ਸਾਨੂੰ ਇੱਕ ਘੋੜਾ ਵਿਖਾਇਆ, ਔਰ ਯਕੀਨਨ ਮੈਂ ਨਹੀਂ ਰਹਿ ਸਕਿਆ। ਮੈਂ ਕਿਹਾ ਯਾਰ ਇੰਨਾ ਅੱਛਾ ਸ਼ੌਕ ਹੈ ਅਤੇ ਸ਼ੌਕ ਸਾਂਝਾ ਹੁੰਦਾ ਅਤੇ ਕਿਉਂ ਨਾ ਹੋਵੇ ਵੀ ਦੋਸਤਾਂ ਦੇ ਨਾਲ ਉਹਨਾਂ ਦਾ ਸ਼ੌਕ ਸਾਂਝਾ ਕੀਤਾ ਜਾਏ, ਦੋਸਤਾਂ ਨੂੰ ਇਹਨਾਂ ਦੇ ਜਾਨਵਰਾਂ ਦਾ ਸ਼ੌਕ ਕਰਾਇਆ ਜਾਏ। ਤੁਹਾਨੂੰ ਘੋੜੇ ਵਿਖਾਉਂਦੇ ਹਾਂ, ਇਹਨਾਂ ਦੀ ਡਿਟੇਲ ਸ਼ੇਅਰ ਕਰਦੇ ਹਾਂ, ਅਤੇ ਰਾਬਤਾ ਤਾਂ ਮੈਂ ਖੈਰ ਫਾਰ ਸੇਲ ਨਹੀਂ ਹੈ, ਅਤੇ ਸ਼ੌਕ ਵਿਖਾਉਂਦੇ ਹਾਂ ਤੁਹਾਨੂੰ, ਆਓ ਜੀ। ਹਾਂਜੀ ਦੋਸਤੋ, ਅਸੀਂ ਮੌਜੂਦ ਹੈਗੇ ਹਾਂ ਖੋਜੇ ਪਿੰਡ, ਔਰ ਭਾਈ ਅਲੀ ਗੁੱਜਰ ਦਾ ਸ਼ੌਕ ਤੁਹਾਨੂੰ ਵਿਖਾਉਂਦੇ ਹਾਂ, ਔਰ ਭਾਈ ਐਸਨ ਕਲੇਟ ਸਾਹਿਬ ਔਰ ਟਿਵਾਣਾ ਸਾਹਿਬ ਲੀਡ ਨੇ ਜਨਾਬ ਸਾਡੀ ਅੱਜ ਦੀ, ਠੀਕ ਹੋ ਗਿਆ ਜੀ। ਔਰ ਭਾਈ ਐਸਨ ਦੇ ਦੋਸਤ ਨੇ ਜੀ ਅਲੀ ਗੁੱਜਰ ਸਾਹਿਬ, ਅਤੇ ਖੋੜਾ ਮਾਸ਼ਾਅੱਲਾ ਇਹਨਾਂ ਸਾਨੂੰ ਲਿਆ ਕੇ ਵਿਖਾਇਆ। ਅਸੀਂ ਖੁਦ ਸ਼ੌਕ ਇਹਦਾ ਕੀਤਾ, ਔਰ ਜ਼ਰੂਰੀ ਸਮਝਿਆ ਵੀ ਦੋਸਤਾਂ ਨਾਲ ਸ਼ੌਕ ਸਾਂਝਾ ਕੀਤਾ ਜਾਵੇ। ਮਾਸ਼ਾਅੱਲਾ ਘੋੜਾ ਸਜਣਾ, ਤਾਕੇ ਨੂੰ ਮਾਰੋ ਘੋੜੇ ਨੂੰ, ਹੈ ਜੀ, ਤਿੰਨ ਪੈਰ ਸਾਫ, ਬਾਕੀ ਮੁਸ਼ਕ ਹੈ ਜੀ। ਵਾਹ, ਅਲੀ ਬਾਈ ਆਓ ਤੁਸੀਂ ਇੱਥੇ ਮੇਰੇ ਕੋਲ ਇੱਕ ਮਿੰਟ ਆਓ, ਜ਼ਰਾ ਸਾਨੂੰ ਇਹਦੀ ਡਿਟੇਲ ਦੱਸੋ ਇਸ ਘੋੜੇ ਦੀ, ਇਹ ਕੀ ਘੋੜਾ ਹੈ? ਇਹ ਘੋੜਾ ਸਾਡੇ ਘਰ ਦਾ ਜਾਂ ਆਪਣੀਆਂ ਕੁੜੀਆਂ ਵਿੱਚੋਂ ਹੀ? ਅੱਛਾ ਜੀ, ਭਾਈ ਮਨਾਦਰ ਨੇ ਘੋੜੇ ਤੋਂ, ਉਹਨਾਂ ਕੋਲ ਘੋੜਾ ਸੁਲਤਾਨ। ਅੱਛਾ, ਉਹਦਾ ਪੁੱਤਰ ਹੈ ਸੁਲਤਾਨ ਗੁਸ਼ੇਰੇ ਪੰਜਾਬ ਦੇ। ਅੱਛਾ, ਬਾਕੀ ਤੁਹਾਡੇ ਸਾਹਮਣੇ ਦੇਖ ਲਓ। ਮਾਸ਼ਾਅੱਲਾ, ਇਹਦੀ ਕੀ ਉਮਰ ਕੀ ਹੈ ਇਹਦੀ? ਉਮਰ ਹੁਣ 5 ਲੱਗਾ ਹੈ। 5 ਲੱਗਾ ਹੋਇਆ, ਇਹ ਤਾਂ ਟਿਕਟੌਕਰ ਘੋੜਾ ਹੈ ਤੁਹਾਡਾ? ਹਾਂ, ਟਿਕਟੌਕਰ ਹੈ। ਹਾਂ ਹਾਂ, 5 ਲੱਗਾ ਹੋਇਆ? ਜੀ, 5 ਲੱਗਾ। ਤੇ ਕੰਮ ਕੀ ਕੀ ਲੈਂਦੇ ਪਿਆ ਇਹਦੇ ਤੋਂ? ਕੰਮ ਨੇਜ਼ਾਬਾਦੀ ਕਰਦਾ ਜੀ। ਅੱਛਾ, ਤੇ ਬਾਈ ਚਾਹ ਛਾਨੀ ਥੋੜੀ, ਬਾਈ ਚਾਹ ਪੀਂਦਾ ਸੋਹਣਾ। ਅੱਛਾ, ਤੇ ਲਾਦੂ ਇਹਨੂੰ ਆਪ ਹੀ ਕੱਢਿਆ ਜੇ? ਜਾਂ ਲਾਦੂ ਮੇਰੇ ਉਸਤਾਦ ਨੇ, ਚਾਚੂ ਹੀ ਨੇ, ਚੌਧਰੀ ਨਾਸਰੀ ਇਕਬਾਲ ਗੁੱਜਰ ਆਪ ਸੋਹਣੀ ਨੇ। ਅੱਛਾ, ਉਹਨਾਂ ਕੱਢਿਆ ਜੇ ਤੇ ਗੁੰਮੈ ਪਜਾਂਦਾ ਜੇ ਪਿਆ। ਅੱਛਾ, ਕਿੰਨਵੀਂ ਪੱਟੀ ਦੌੜਦਾ ਘੋੜਾ? ਪਹਿਲੀ ਪੱਟੀ ਦੌੜ। ਕਿਵੇਂ ਦਾ ਪੇੜ ਦਾ, ਕਿਵੇਂ ਦਾ ਘੋੜਾ? ਅੱਜ ਕੱਲ੍ਹ ਤੁਹਾਡੇ ਸਾਹਮਣੇ ਪੇੜ ਵੀ ਨਹੀਂ ਹੈ। ਅੱਛਾ, ਐਨੀ ਪੇੜ ਵੀ ਜਾ ਕੇ ਹੋਰ ਖੁੰਡਿਆ ਦਾ ਬਾਹਰ। ਅੱਛਾ, ਚਲੋ ਜੀ ਦੋਸਤੋ, ਘੋੜੇ ਦਾ ਸ਼ੌਕ ਕਰੋ, ਔਰ ਮਾਸ਼ਾਅੱਲਾ ਲਾਜ਼ਮੀ ਕਹਿ ਦੇਣਾ। ਟਿਵਾਣਾ ਸਾਹਿਬ, ਚਸ ਆਈ ਹੈ ਘੋੜਾ ਵੇਖ ਕੇ? ਬਹੁਤ ਅੱਛਾ ਘੋੜਾ, ਮਾਸ਼ਾਅੱਲਾ, ਬਹੁਤ ਅੱਛਾ ਘੋੜਾ। ਅਸੀਂ ਤਾਂ ਅੱਗੇ ਫਿਰ ਵੇਖਿਆ ਹੋਇਆ, ਤੁਹਾਨੂੰ ਤੇ ਤੁਹਾਡੇ ਨਾਜ਼ਰੀਨ ਗ੍ਰਾਮੀ ਨੂੰ ਸਾਰਿਆਂ ਨੂੰ ਵਿਖਾਇਆ ਜੀ। ਹਾਂ ਜੀ, ਤੇ ਤੁਹਾਨੂੰ ਮੈਂ ਉੱਥੋਂ ਨਿਕਲਣ ਲੱਗੇ ਦੱਸਿਆ ਕਿ ਇਨਸ਼ਾਅੱਲਾ ਤੁਹਾਡਾ ਸਫ਼ਰ ਜਿਹੜਾ ਜ਼ਾਇਆ ਨਹੀਂ ਹੋਇਆ। ਅੱਛਾ, ਤੁਹਾਨੂੰ ਚੀਜ਼ਾਂ ਵਿਖਿਆ ਸੀ ਜਿਹੜਾ ਮਜ਼ਾ ਸੀ। ਚਲੋ ਮਾਸ਼ਾਅੱਲਾ ਜੀ। ਗੁੱਜਰ ਸਾਹਿਬ, ਤੁਸੀਂ ਬਾਕੀ ਸ਼ੌਕ ਆਪਣਾ ਵਿਖਾਓ, ਇਸ ਘੋੜੇ ਦਾ ਸ਼ੌਕ ਹੋ ਗਿਆ, ਤੁਹਾਡੀਆਂ ਘੋੜੀਆਂ ਵੀ ਮਾਸ਼ਾਅੱਲਾ ਬਹੁਤ ਸੋਹਣੀਆਂ ਨੇ, ਤੇ ਹਾਂ ਜੀ। ਅੱਛਾ ਮਾਸ਼ਾਅੱਲਾ, ਘੋੜਾ ਇਹ ਉੱਥੇ ਖਲੋਤਾ ਜੀ, ਹੋਰ ਆਈ ਥਾਂ ਤੇ ਆ ਕੇ ਤੇ ਇਹ ਹੋਰ ਹੋ ਗਿਆ, ਕੀ ਚੱਕਰ ਹੈ ਹਸਨ ਭਾਈ? ਥਾਂ ਤੇ ਘੋੜਾ ਹੋਰ ਹੈ ਜੀ, ਥਾਂ ਤੇ ਘੋੜਾ ਹੋਰ ਹੈ, ਗਰਾਊਂਡ ਚ ਹੋਰ ਹੈ, ਹੱਥ ਚ ਫੜਿਆ ਹੋਰ ਹੈ, ਸਿਪਾਟ ਮਜ਼ੀਦ ਹੋਰ ਹੋ ਜਾਂਦਾ, ਚੰਗੀਆਂ ਨਸਲਾਂ ਦੀ ਪਹਿਚਾਣ ਹੈ। ਹਾਂ ਜੀ ਦੋਸਤੋ, ਭਾਈ ਅਲੀ ਗੁੱਜਰ ਦਾ ਕੁੱਲਾ 5 ਕਲਿਆਣ ਘੋੜਾ ਹੈ ਜੀ,
ਮਾਸ਼ਾਅੱਲਾ ਜੀ, ਘੋੜੇ ਨੂੰ ਨਜ਼ਰ ਮਾਰਨੀ ਹੈ, ਇਹਦਾ ਸ਼ੌਕ ਕਰਨਾ, ਇਹਦੀ ਡਿਟੇਲ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਆ। ਕੋਈ ਜਾਨਵਰ ਫਾਰ ਸੇਲ ਨਹੀਂ ਆ, ਸਿਰਫ ਸ਼ੌਕ ਦੀ ਵੀਡੀਓ ਔਰ ਅਚਾਨਕ ਵੀਡੀਓ ਹੈ, ਮਤਲਬ ਕੋਈ ਇਹ ਕੋਈ ਕੁੱਤਾ ਸ਼ੁਦਾ ਪ੍ਰੋਗਰਾਮ ਦੇ ਤਹਿਤ ਨਹੀਂ ਹੈ। ਇਹ ਰੇਟ ਕੀਤਾ, ਇਹ ਰੇਟ ਕੀਤਾ, ਵਾਕਈ ਇਹਦਾ ਕੋਈ ਸ਼ੱਕ ਨਹੀਂ। ਅਸਲ ਸ਼ੌਕ ਵੀ ਤੇ ਹੀ ਹੁੰਦਾ ਨਾ ਜੀ, ਜਿਸ ਟਾਈਮ ਵੀ ਜਾਓ, ਹੁਣ ਆਪਾਂ ਉੱਥੇ ਗਏ ਹਾਂ ਮੀਆਂ ਨਜਫ ਪੱਟੀ ਤੇ, ਉਹਨਾਂ ਦੇ ਡੇਰੇ ਤੇ ਗਏ ਹਾਂ, ਔਰ ਯਕੀਨ ਕਰੋ ਕਿ ਦਿਲ ਖੁਸ਼ ਹੋਇਆ ਉੱਥੇ ਜਾ ਕੇ ਉਹਨਾਂ ਦੀਆਂ ਗੋੜੀਆਂ ਵੇਖ ਕੇ, ਬਈ ਯਾਰ ਨਾ ਅਚਾਨਕ ਗਏ ਹਾਂ ਔਰ ਲੇਕਿਨ ਗੋੜੀਆਂ ਉਹਨਾਂ ਦੀਆਂ ਇੰਝ ਸੁਤਰੀਆਂ ਹੋਈਆਂ ਹਨ, ਔਰ ਬੰਦਾ ਉਹਨਾਂ ਦਾ ਜਿਹੜਾ ਜੀ ਅਵੇਲੇਬਲ ਆ ਜੀ ਉੱਥੇ, ਔਰ ਬੜਾ ਮਜ਼ਾ ਆਇਆ। ਮਾਸ਼ਾਅੱਲਾ ਜੀ, ਲਓ ਜੀ ਇਹਨਾਂ ਦੀਆਂ ਘੋੜੀਆਂ ਦਾ ਵੀ ਤੁਹਾਨੂੰ ਸ਼ੌਕ ਕਰਵਾਉਂਦੇ ਹਾਂ। ਘੋੜੀਆਂ ਵੀ ਇਹਨਾਂ ਕੋਲ ਹੈ ਨੇ, ਦੋ ਘੋੜੇ ਹੋਰ ਨੇ ਇਸ ਬਾਅਦ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ, ਅਤੇ ਇਸ ਘੋੜੇ ਦੀ ਡਿਟੇਲ ਇਹਨਾਂ ਕੋਲ ਲੈਂਦੇ ਹਾਂ ਬਾਈ ਅਸੀਂ। ਮਾਸ਼ਾਅੱਲਾ ਅਲੀ ਬਾਈ, ਮੈਂ ਉਹ ਅੱਗੇ ਤੁਹਾਡਾ ਘੋੜਾ ਵੇਂਦਾ ਰਿਹਾ, ਤੇ ਜਿਹੜੀ ਮੇਨ ਚੀਜ਼ ਗੱਲ ਪੁੱਛਣ ਵਾਲੀ ਹੈ ਸੀ, ਉਹ ਮੇਰੀ ਵਿੱਚ ਰਹਿ ਗਈ ਹੈ। ਘੋੜਾ ਮਾਸ਼ਾਅੱਲਾ ਇਤਨਾ ਖੂਬਸੂਰਤ ਹੈ ਜੀ, ਉਹਦਾ ਮੇਰੇ ਅਬੂ ਵੀ ਨੇਜ਼ਾਬਾਜ਼ੀ ਕਰਦੇ ਨੇ, ਚਾਚੂ ਵੀ, ਸਾਰੇ ਅਬੂ ਦੀ ਪੰਜ ਭਰਾ ਨੇ, ਸਾਰੇ ਕਰਦੇ ਨੇ ਨੇਜ਼ਾਬਾਜ਼ੀ। ਮਤਲਬ ਟੀਮ ਦੋ ਟੀਮਾਂ ਬਣ ਜਾਣੀਆਂ, ਸਵਾਰ ਵੀ ਕਰ ਦੇ ਆ। ਅੱਛਾ, ਤੇ ਅਲੀ ਬਾਈ ਇਹ ਦੱਸੋ ਵੀ ਇਸ ਘੋੜੇ ਦੀ ਕੀ ਤਾਰੀਫ ਹੈ, ਇਹਦੀ ਉਮਰ ਕੀ ਹੈ, ਕੀ ਕਰਦਾ, ਕੰਮ ਕੀ ਕਰਦਾ ਹੈ? ਇਹ ਘੋੜਾ 6-7 ਸਾਲਾਂ ਦਾ ਜੀ। ਅੱਛਾ ਜੀ, ਇਹ ਮਹੀਨਾ ਪਹਿਲੇ ਮੈਂ ਲਿਆ ਹੈ। ਅੱਛਾ, ਭਾਈ ਹਸਨ ਬਸਰੀ ਜਾਟ ਨੇ ਬਲੋਟ ਸ਼ੇਰਾਂ ਤੋਂ, ਅੱਛਾ ਜੀ, ਉਹਨਾਂ ਨੇ ਮੈਨੂੰ ਗਿਫਟ ਦਿੱਤਾ ਹੈ। ਠੀਕ ਹੈ ਜੀ, ਆ ਥੋੜਾ ਜਿਹਾ ਲਿਸਾ ਹੋਣ ਵੱਲ ਹੋਇਆ ਘੋੜਾ। ਅੱਛਾ, ਤੇ ਅੱਗੋਂ ਹੀ ਇਨਸ਼ਾਲਾ ਸੀ ਤੁਹਾਨੂੰ ਭੱਜੇ ਦਾ। ਅੱਛਾ ਜੀ, ਆ ਟੁਰਦਾ ਸ਼ੁਰਦਾ ਚੰਗਾ ਹੈ, ਚਾਲੀ ਚੰਗਾ ਹੈ, ਚਾਲੀ ਚੰਗਾ ਜੀ। ਆ ਉੱਤੇ ਚੜਾ ਦੇ ਫਿਰ ਵੇਖੀ ਘੋੜਾ, ਇੰਨਾ ਹੋਰ ਹੋ ਜਾਂਦਾ ਜੀ। ਆ ਅਗਲਾ ਘੋੜਾ ਤਾਂ ਤੁਹਾਡਾ ਆਉਂਦਾ ਹੀ, ਹੋਰ ਗੱਲ ਤੁਸੀਂ ਕਰੋ ਕੋਈ ਨਾ, ਮੈਨੂੰ ਜਾਓ। ਘੋੜੇ ਸਾਰੇ ਸਾਡੇ ਕੋਲ ਚੰਗੇ ਨੇ, ਪਰ ਸਾਰਿਆਂ ਚ ਵੱਖਰਾ, ਦੋ ਘੋੜੇ ਕੱਕੇ ਨੇ ਸੂਲੀ ਵੈਂਡ, ਉਹ ਚਾਚੂ ਕੋਏ ਨੇ ਜੀ, ਉਹ ਵੀ ਉਹਦੇ ਮੁਸ਼ਕੇ ਆਣੀ। ਅੱਛਾ, ਚਲੋ ਮਾਸ਼ਾਅੱਲਾ, ਦੂਜੇ ਘੋੜਿਆਂ ਦਾ ਸ਼ੌਕ ਕਰਵਾਓ ਸਾਨੂੰ ਫਿਰ। ਚਲੋ ਵਿਕਰਮ, ਸਹੀ ਮਾਸ਼ਾਅੱਲਾ, ਵਾਹ ਵਾਹ ਘੋੜਾ ਵਾਹ, ਬਸ ਕਰ ਦਿਓ ਯਾਰ, ਬਸ ਕਰ ਦਿਓ, ਘੋੜੇ ਤਾਂ ਘੋੜੇ ਰਹਿ ਗਿਆ, ਬੰਦਿਆਂ ਦੇ ਹਾਲਤ ਹੀ ਪਤਲੇ ਹੋਏ ਨੇ ਹਾਲਾਤ। ਹਾਂਜੀ, ਹੁਣ ਅੱਛਾ ਇਲਾਜ ਅਸਾਂ ਵੀ ਕਰਨਾ ਸ਼ੁਰੂ ਕੀਤਾ, ਸਟ੍ਰਾਈਕਾਂ ਦੇ ਰਹੇ, ਅਕਾਊਂਟ ਫ੍ਰੀਜ਼ ਹੁੰਦੇ ਪੈਣ, ਕੁਝ ਵੈਸੇ ਡੀਮੋਨੀਟਾਈਜ਼ ਔਰ ਫਾਰਗ ਹੁੰਦੇ ਪੈਣ। ਐ ਜਨਾਬ, ਸਾਡਾ ਵਿਚੇਰਾ ਜੀ ਕਾਰ ਦਾ, ਉਧਰ ਘੋੜੀ ਤੋਂ ਵਹਾਈ ਉਹਦਾ, ਉਹਦਾ ਹੈ ਕੀ ਉਮਰ ਹੈ ਜੀ? ਉਮਰ ਹੁਣ 53 ਸਾਲਾਂ ਦਾ ਹੋ ਗਿਆ ਜੀ, ਪੰਜਾਬ ਜੂ ਛੜਿਆ। ਅੱਛਾ, ਬੜਾ ਅੱਛਾ ਭਜਿਆ, ਬੜੀ ਚੰਗੀ ਪੱਟੀ ਕਰਦਾ। ਔਰ ਇਹ ਸਾਰੇ ਘੋੜੇ ਤੁਹਾਡੇ ਘਰ ਦੇ? ਘਰ ਦੇ ਘੋੜੇ ਸਾਡੇ ਸਾਰੇ।
ਮੈਂ ਮੇਨ ਚੀਜ਼ ਇੱਕ ਜਿਹੜੀ ਵੇਖਦਾ ਪਿਆ, ਮੈਂ ਅੱਗੇ ਵੀ ਵੀਡੀਓ ਚ ਗੱਲ ਕੀਤੀ ਹੈ ਵੀ ਆਹ ਘੋੜਾ ਉਹ ਤੇ ਬਾਹਰ ਖਲੋਤਾ ਹੀ ਹੋ ਰਿਹਾ, ਇੱਥੇ ਆਇਆ ਤੇ ਘੋੜਾ ਹੋਰ ਹੋ ਗਿਆ। ਹਾਂਜੀ ਜੀ, ਅਸੀਂ ਅੱਜ ਫਿਰ ਬਾਹਰ ਨਿਕਲਣ ਲੱਗਾ ਸ਼ਾਮ ਨੀ ਚਾਹਣ ਲਾਭ ਖਿਲਾ ਜਾਣਾ ਸੌ ਮਸਕੀ ਜਾਂ ਘੋੜੀ ਨੇੜੇ ਕਰਨਾ ਤਾਂ ਬੋਲਣਾ ਉਂਝਾ ਬਦਾਤਾ ਨੀ ਹੈ। ਲਾਦੂ ਨਿਕਲ ਗਿਆ ਪੰਜਾਬਾਂ ਦੀ ਮੂੰਹ ਵਿੱਚ ਹੁਣ ਪੰਜ ਲੱਗਦਾ ਜੀ ਪਿਆ ਤੇ ਬੜਾ ਅੱਛਾ ਨੇ ਇਹਦੇ ਬਾਅਦ ਘੋੜਾ ਜੀ ਤੁਹਾਡੇ ਸਾਹਮਣੇ ਸੌ ਮਸਕੀਨ ਹੈ ਜੀ ਕਾਰਦੀਆਂ ਵਿੱਚ ਨਵਾਂ ਬੰਦਾ ਚੜਿਆ ਰਹੇ ਕੋਈ ਤਾਂ ਨੀ ਸਾਡੀ ਟੀਮ ਵਿੱਚ ਸਾਰਿਆਂ ਸਾਊ ਗਿਆ ਘੋੜਾ ਜੀ ਇਹਦਾ ਨਾਂ ਮੁਸਕਾ ਪ੍ਰਿੰਸ ਘੋੜੇ ਦਾ ਨਾਂ ਜੇ ਕਰਮ ਉਹਦਾ ਨਾਂ ਸਾਜਨ ਸੁਲਤਾਨ ਜਾਂ ਕੁੱਲੇ ਦਾ ਨਾਂ ਮੇਰਾ ਮਹਿਬੂਬ ਕਰਨ ਅਲੀ ਬਾਈ ਘੋੜੀਆਂ ਕਿਤਨੀਆਂ ਨੇ ਘੋੜੀਆਂ ਸਾਡੇ ਕੋਲ ਪੰਜ ਛੇ ਹਨ ਘੋੜੀਆਂ ਵਿਖਾਣੇ ਅਲੀ ਬਾਈ ਇਸ ਘੋੜੀਆਂ ਦੇ ਬਾਰੇ ਸਾਨੂੰ ਕੋਈ ਡਿਟੇਲ ਦਿਓ ਆਪਣੀਆਂ ਦੇ ਬਾਰੇ ਇਹ ਘੋੜੀਆਂ ਸਾਡੀਆਂ ਕਾਰਦੀਆਂ ਇਹ ਸਾਰੀਆਂ ਅੱਛਾ ਇਹ ਸੁਲਤਾਨ ਘੋੜੇ ਦੀ ਮੁਸ਼ਕੇ ਘੋੜੇ ਦੀ ਭੈਣ ਇਹ ਜਿਹੜੀ ਉਛੇਰੀ ਹੈ ਨਾ ਇਹ ਨੁਕਰਾ ਘੋੜਾ ਚੜ੍ਹਦਾ ਸੂਰਜ ਬਰੀਡਰ ਇਹ ਘੋੜੀ ਵਿੱਚ ਹੋਏ ਉਹ ਨੁਕਰੇ ਘੋੜਾ ਸੂਰਜ ਅੱਲਾ ਦਿੱਤੇ ਅੱਲਾ ਜੀ ਅੱਲਾ ਦਿੱਤੇ ਹਾਂਜੀ ਜਿਆ ਨੁਕਰਾ ਹਾਸਿਲ ਆ ਲਿਆ ਅੱਲਾ ਜੀ ਹਾਂਜੀ ਵੱਡਾ ਘੋੜਾ ਜੀ ਅੱਛਾ ਇਸ ਘੋੜੀ ਵਿੱਚੋਂ ਅੱਛਾ ਇਸ ਘੋੜੀ ਦੀ ਜਿਆ ਇਹ ਸੁਲਤਾਨ ਦੀ ਹੈ ਇਹਦੀ ਉਮਰ ਕੀ ਹੈ ਘੋੜੀ ਦੀ ਇਹ ਹੁਣ 6-7 ਸਾਲਾਂ ਦੀ ਹੋਈ ਹੈ ਨੁਕਰਾ ਇਹ ਪੀਣਾ ਨਹੀਂ ਹੁਣ ਅੱਜ ਚਲੋ ਕੋਈ ਨਹੀਂ ਖੈਰ ਪਹਿਲੇ ਸੂਬੇ ਦਾ ਕਮੈਦ ਵਿਛੇਰਾ ਸੂ ਅੱਛਾ ਦੂਜੇ ਸੂਬੇ ਦੀ ਉਹ ਵਿਛੇਰੀ ਆਪਣੇ ਘੋੜੇ ਵਿੱਚ ਅੱਛਾ ਤੀਜੇ ਸੂਬੇ ਦੀ ਹੁਣ ਹੈ ਅੱਛਾ ਜੀ ਆ ਇਹ ਘੋੜੀ ਇਹ ਘੋੜੀ ਵੀ ਮੁਸ਼ਕੇ ਦੀ ਭੈਣ ਜੇ ਮਾਂ ਵਿੱਚੋਂ ਅੱਛਾ ਮਾਂ ਚ ਮੁਸ਼ਕੇ ਦੀ ਭੈਣ ਹੈ ਜੀ ਆ ਤੇ ਕੱਕਾ ਗੁਜਰਾਂ ਦਾ ਘੋੜਾ ਹੈ ਬੜਾ ਮਸ਼ਹੂਰ ਅੱਛਾ ਉਹਦੀ ਹੈ ਅੱਛਾ ਇਹ 7-8 ਸਾਲਾਂ ਦੀ ਹੋ ਗਈ ਘੋੜੀ ਚਲੋ ਮਾਂ ਜੀ ਆ ਉਹ ਘੋੜੀ ਰਹਿ ਗਈ ਹੈ ਤੇ ਤਾਰੀਖ ਦੱਸਣ ਵਾਲੀ ਤਾਂ ਉਹ ਦੱਸੋ ਜ਼ਰਾ ਸਾਨੂੰ ਤਰੀਫ ਹੈ ਇਹ ਕਾਰਦੀਆਂ ਦੇ ਉਹ ਇਹ ਹੋ ਗਈ ਹੈ ਜਿਆ ਇਹ ਘੋੜੀ ਹੈ ਕੋਧਰ ਘੋੜੀ ਵੱਜੀ ਹੈ ਇਹਦੀ ਭੈਣ ਹੀ ਅੱਛਾ ਉਹਦੀ ਵਿਛੇਰੀ ਹੈ ਅੱਛਾ ਇਹਨਾਂ ਚ ਹੁਣ ਤੁਹਾਡੇ ਕੋਲ ਬਰੀਡਰ ਕਿਹੜੀਆਂ ਕਿਹੜੀਆਂ ਨੇ ਇਹ ਵੀ ਘੋੜੀ ਸੂਈ ਲੱਗੀ ਹੈ ਅੱਛਾ ਇਹ ਘੋੜੀ ਉਧਰ ਉਹ ਵੀ ਸੂਈ ਲੱਗੀ ਅੱਛਾ ਇਹ ਘੋੜੀ ਇਹ ਤਾਂ ਹੀ ਨਹੀਂ ਸੂਈ ਅੱਛਾ ਇਹ ਅਲੱਗ ਨਹੀਂ ਸੂਈ ਲੱਗੀ ਜਿਆ ਚਲੋ ਮਾਸ਼ਾਅੱਲਾ ਅਲੀ ਭਾਈ ਅੱਲਾ ਤਾਲਾ ਤੁਹਾਡੇ ਨਸੀਬ ਕਰੇ ਜੀ ਸਾਰੇ ਜੀ ਆਮੀਨ ਮਾਸ਼ਾਅੱਲਾ ਦਿਲ ਸਾਡਾ ਤੇ ਖੁਸ਼ ਹੋਇਆ ਤੇ ਅਸੀਂ ਕਿਹਾ ਯਾਰ ਦੋਸਤਾਂ ਨਾਲ ਸ਼ੇਅਰ ਕਰੀਏ ਮਿਹਰਬਾਨੀ ਔਰ ਸ਼ੁਕਰੀਆ ਭਾਈ ਹਸਨ ਕਲੇਟ ਦਾ ਮਲਕ ਯਾਸਰ ਅਲੀ ਟਿਵਾਣਾ ਸਾਹਿਬ ਦਾ ਤੁਹਾਡਾ ਬੜਾ ਸ਼ੁਕਰ ਮਗਰ ਪਸੀਨਾ ਪਸੀਨ ਹੋਏ ਪਏ ਜੀ ਗਰਮੀ ਬੜੀ ਹੈ ਗਰਮੀ ਬੜੀ ਹੈ ਜਾਂ ਸਾਡਾ ਜ਼ਿਮੀਦਾਰਾ ਮਾਹੌਲ ਹੈ ਫਿਰ ਹਾਂਜੀ ਤੁਹਾਡੇ ਸਾਹਮਣੇ ਨੇ ਇਹ ਮਾਹੌਲ ਠੀਕ ਹੈ ਮਾਹੌਲ ਹਾਂ ਜੀ ਦੋਸਤੋ ਬੜਾ ਅੱਛਾ ਸ਼ੌਕ ਹੋ ਗਿਆ ਘੋੜੇ ਤੁਸੀਂ ਵੇਖੇ ਨੇ ਘੋੜੀਆਂ ਵੇਖੀਆਂ ਔਰ ਗੁਜਰਾਤ ਦੇ ਵਿੱਚ ਮੌਜੂਦ ਨੇ ਕੋਈ ਜਾਨਵਰ ਫਾਰ ਸੇਲ ਨਹੀਂ ਹੈ ਜਸਟ ਫਾਰ ਸ਼ੌਕ ਹੈ ਮਾਸ਼ਾਅੱਲਾ ਕੋਈ ਜਾਨਵਰ ਇਹਨਾਂ ਕੋਲੋਂ ਬਰੀਡਿੰਗ ਵਾਸਤੇ ਅਵੇਲੇਬਲ ਨਹੀਂ ਹੈ ਠੀਕ ਹੈ ਨਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇਹਦੇ ਨਾਲ ਆਪਣੇ ਵੀਰ ਸਗੀਰ ਵਾਸਤੇ ਨੂੰ ਦਿਓ ਇਜਾਜ਼ਤ ਰੱਬ ਰੱਖ